ਸਟੱਡੀ ਬਣਾ ਲਵਾਂਗੇ ਹੁਣ ਇਹਦੇ ਵਿੱਚ ਕੀ ਹੈ ਕਿ ਵੈਕਿਊਮ ਦੇ ਪਾਈ ਕਿੰਨੇ ਪਏ ਪਏ ਭਾਈ 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 ਦੀ ਇੱਥੇ ਦਾਦਾ ਕਿੰਨਾ ਕਿੱਚ ਪੈਂਦੇ ਨੇ ਇੱਥੇ ਪੈਂਦੇ ਪੈਸੇ 5 ਯੂਰੋ ਪਾਏ ਬਟਨ ਦਬਾ ਤਾ ਹਰਾ ਹੁਣ ਵੈਕਿਊਮ ਹੋਏਗਾ ਆਪਣੇ ਆਪ ਕਰੋ ਕਰੋ ਭਾਜੀ ਖਿੱਚੋ ਜਿੱਦਾਂ ਤੁਸੀਂ ਖਿੱਚੋਗੇ ਤੁਸੀਂ ਤਾਂ ਮੇਰੇ ਹਿਸਾਬ ਨਾਲ 3 ਦਿਨ ਲਾਉਣੇ ਨੇ ਹਾਂ ਇੱਦਾਂ ਵੈਰੀ ਨਾਈਸ ਮੈਟ ਕੱਢ ਲਓ ਹਾਂ ਹਾਂ ਇਹ ਸਾਰਾ ਖਿੱਚ ਲਓ ਆ ਮਿੱਟੀ ਥੱਲੋਂ ਵੀ ਨਹੀਂ ਨਹੀਂ ਖਰਾਬ ਕਿਉਂ ਭਾਜੀ ਇਕਦਮ ਸਹੀ ਹੀ ਆ ਭਾਜੀ ਇੱਦਾਂ ਦਾ ਹੀ ਹੁੰਦਾ ਵੈਕਿਊਮ ਹੁਣ ਇਹਦੇ ਵਿੱਚ ਕੀ ਆ ਕਿ ਵੈਕਿਊਮ ਹੀ ਆਪ ਕਰਨਾ ਆ ਹਨਾ ਮਸ਼ੀਨਾਂ ਲੱਗੀਆਂ ਵੈਕਿਊਮ ਦੀਆਂ ਤੇ ਮਸ਼ੀਨਾਂ ਤੋਂ ਥੋੜੀ ਆਪਾਂ ਵੈਕਿਊਮ ਖੁਦ ਕਰਨਾ ਆ ਫਿਰ ਉਸ ਤੋਂ ਬਾਅਦ ਵਾਸ਼ਿੰਗ ਵੀ ਆਪਣੇ ਆਪ ਕਰਨੀ ਉਹ ਪਿੱਛੇ ਤੁਸੀਂ ਦੇਖ ਸਕਦੇ ਹੋ ਵਾਸ਼ਿੰਗ ਵੀ ਅਸੀਂ ਆਪ ਕਰਨੀ ਪੈਣੀ ਆ ਤੇ ਇੱਥੇ ਸਿਸਟਮ ਬਿਲਕੁਲ ਹੀ ਅਲੱਗ ਆ ਬੰਦਾ ਮਰਸਡੀਜ਼ ਲੈ ਕੇ ਆਇਆ ਉਹਨੇ ਗੱਡੀ ਵੀ ਆਪਣੇ ਆਪ ਧੋਤੀ ਆ ਇੰਡੀਆ 'ਚ ਕੀ ਹੁੰਦਾ ਕਿ ਅਸੀਂ ਲੋਕ 500 ਲੱਲਾ 400 ਲੱਲਾ ਅਤੇ ਆਪਾਂ ਉਹਨੂੰ ਕਹਿੰਦੇ ਹਾਂ ਨਾ ਅਤੇ ਉਹ ਧੋ ਦਿੰਦਾ ਆ ਪਰ ਇੱਥੇ ਬੰਦੇ ਨੂੰ ਆਪ ਹੀ ਸਭ ਕੁਛ ਕਰਨਾ ਪੈਂਦਾ ਪੈਟਰੋਲ ਪਾਉਣ ਤੋਂ ਗੱਡੀ ਧੋਣ ਤੱਕ ਹਵਾ ਭਰਨ ਤੱਕ ਸਭ ਕੁਛ ਖੁਦ ਹੀ ਕਰਨਾ ਪੈਂਦਾ ਉਹ ਜਾਓ ਭਾਈ ਆ ਖੜੀ ਕਰ ਦੋ ਡੰਡੀ ਦਿਨੇ ਜ਼ਿਆਦਾ ਗਰਮੀ ਵੀ ਹੋ ਜਾਂਦੀ ਹੈ ਰਾਤੀ ਥੋੜ੍ਹਾ ਜਿਹਾ ਠੰਡਾ ਜਿਹਾ ਹੋ ਜਾਂਦਾ ਹੁਣ ਸ਼ਾਮ ਹੋਈ ਹੈ ਟਾਈਮ ਹੋ ਚੁੱਕਿਆ 10:30 ਵੱਜ ਗਏ ਨੇ 9:30 ਸ਼ਾਮ ਹੀ ਹੈ ਇੱਥੇ ਆਉਣਾ ਦਿਨ ਦੇਖ ਸਕਦੇ ਹੋ ਤੁਸੀਂ ਸ਼ਾਮ ਦਾ ਮਾਹੌਲ ਚੱਲ ਇੱਥੋਂ ਦਾ ਕਿੱਦਾਂ ਦਾ ਆ ਅਤੇ ਠੰਡ ਜੀ ਹੋ ਗਈ ਇਕਦਮ ਠੰਡੀ ਦੀ ਹਵਾ ਚੱਲਣੀ ਸ਼ੁਰੂ ਹੋ ਗਈ ਹੈ ਨਾ ਅਤੇ ਠੰਡੀ ਹਵਾ ਦੇ ਵਿੱਚ ਗੱਡੀ ਕਿੱਦਾਂ ਧੋ ਰਹੇ ਨੇ ਤੁਸੀਂ ਦੇਖੋ ਥੋੜ੍ਹਾ ਜਿਹਾ ਗੱਡੀ ਗੁੱਡੀ ਆਪੇ ਧੋਣੀ ਪੈਂਦੀ ਸਭ ਕੁਛ ਆਪੇ ਕਰਨਾ ਪੈਣਾ ਇੱਥੇ ਮਿੰਟ ਮਿਲੇ ਇਹਨੂੰ ਪਾਣੀ ਮਾਰਨ ਲਈ ਜਿੱਦਾਂ ਤੁਸੀਂ ਲੱਗੇ 2 ਮਿੰਟ 'ਚ ਪਾਣੀ ਵੱਜਦਾ ਵੱਜਣਾ ਤੇ ਨਹੀਂ ਮੈਨੂੰ ਲੱਗਦਾ ਘਰੋਂ ਬਾਲਟੀ ਲੈਣੀ ਪੈਣੀ ਹੈ ਉਹ ਗੱਡੀ ਨਹੀਂ ਲੱਗਦੀ